ਸਾਬਕਾ ਸੰਸਦ ਅਤੇ ਆਵਾਜ਼ ਏ ਪੰਜਾਬ ਜਗਮੀਤ ਸਿੰਘ ਬਰਾੜ ਨੇ ਪੰਜਾਬ ਦੇ ਬਹੁ ਚਰਚਿਤ ਪਿੰਡ ਬਹਿਬਲ ਕਲਾਂ ਗੋਲੀ ਕਾਂਡ ਦੀ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਜਾਰੀ ਕੀਤੀ ਗਈ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਘਟਨਾ 'ਚ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਅਤੇ ਭਾਈ ਪਿੰਦਰਪਾਲ ਸਿੰਘ ਦਾ ਨਾਂ ਲਏ ਜਾਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜਾਂਚ ਪ੍ਰਕਿਰਿਆ ਦੇ ਸਵਾਲ ਖੜੇ ਕੀਤੇ ਹਨ। ਸਥਾਨਕ ਸੀ ਗ੍ਰੀਨ ਰਿਜ਼ੋਰਟ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ ਬਰਗਾੜੀ ਕਾਂਡ 'ਚ ਗੋਲੀ ਚਲਾਉਣ ਲਈ ਉਕਸਾਉਣ ਲਈ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਅਤੇ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਨਾਮ ਲਿਆ ਜਾਣਾ ਸਰਾਸਰ ਗਲਤ ਹੈ ਅਤੇ ਉਹ ਇਸ ਦੀ ਨਿੰਦਾ ਕਰਦੇ ਹਨ। ਗੱਲਬਾਤ ਦੌਰਾਨ ਜਗਮੀਤ ਸਿੰਘ ਬਰਾੜ ਨੇ SGPC ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਤਿੱਖਾ ਸਿਆਸੀ ਹਮਲਾ ਕਰਦਿਆਂ ਪੰਜਾਬ ਵਿੱਚ ਨੌਕਰੀਆਂ ਘੁਟਾਲੇ ਵਿੱਚ ਦਿਆਲ ਸਿੰਘ ਕੋਲਿਆਂਵਾਲੀ ਜੋ ਕਿ ਬਾਦਲ ਪਰਿਵਾਰ ਦਾ ਕਾਫ਼ੀ ਨਜ਼ਦੀਕੀ ਹੈ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ। ਜਗਮੀਤ ਬਰਾੜ ਨੇ ਕਿਹਾ ਕਿ ਲੋਕ ਹਿੱਤ ਅਭਿਆਨ ਪਾਰਟੀ ਦੇ ਡੈਲੀਗੇਟ ਬਠਿੰਡਾ ਤੋਂ 9 ਜੁਲਾਈ ਨੂੰ ਇੱਕ ਮੁਹਿੰਮ ਉਲੀਕਣਗੇ ਜੋ ਕਿ ਮਾਲਵਾ ਜ਼ੋਨ ਦੇ 9 ਜ਼ਿਲ੍ਹਿਆਂ ਵਿੱਚ ਚਲਾਈ ਜਾਵੇਗੀ। ਇਸ ਵਿੱਚ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪ੍ਰਦੇਸ਼ ਦੀ ਜਨਤਾ ਨੂੰ ਜਾਣੂ ਕਰਵਾਇਆ ਜਾਵੇਗਾ। ਜਗਮੀਤ ਬਰਾੜ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਖੇਤੀ ਸੰਕਟ, ਉਦਯੋਗਿਕ ਸੰਕਟ, ਵਪਾਰੀ ਸੰਕਟ ਅਤੇ ਸਮਾਜਿਕ ਮੁੱਦਿਆਂ ਦੇ ਹੱਲ ਲਈ 15 ਅਗਸਤ ਨੂੰ ਆਜ਼ਾਦੀ ਵਾਲੇ ਇਤਿਹਾਸਕ ਦਿਨ ਤੋਂ ਉਹ ਪੰਜਾਬ ਵਿੱਚ ਬਗਾਵਤ ਦਾ ਆਰੰਭ ਕਰਨਗੇ। ਇਸ ਦੌਰਾਨ ਉਹਨਾਂ ਦੇ ਸਪੁੱਤਰ ਐਡਵੋਕੇਟ ਅਕਾਲ ਅਰਪਣ ਸਿੰਘ ਬਰਾੜ ਅਤੇ ਭਤੀਜੇ ਦਰਸ਼ਨ ਨਿਕਮੀਤ ਸਿੰਘ ਬਰਾੜ ਨੇ ਇਸ ਲੋਕ ਹਿੱਤ ਅਭਿਆਨ 'ਚ ਕੁੱਦਣ ਦਾ ਐਲਾਨ ਵੀ ਕੀਤਾ। ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗ ਸੇਵਕ ਵੈਬ TV। ਕੁਐਸਚਨ, ਪਹਿਲੀ ਗੱਲ ਹੈ, ਮਾਨਯੋਗ ਸੁੱਚਾ ਸਿੰਘ ਛੋਟੇਪੁਰ ਨੇ ਅਗਲੇ 12 ਘੰਟਿਆਂ 'ਚ ਉਦੋਂ ਡਿਨਾਈ ਕਰ ਦਿੱਤਾ ਸੀ ਕਿ ਉਹਨਾਂ ਨੇ ਕੋਈ ਨਿੱਜੀ ਟਿੱਪਣੀ ਨਹੀਂ ਕੀਤੀ। ਜਨਰਲਾਈਜ਼ ਟਿੱਪਣੀ ਸੀ, ਨੰਬਰ 1। ਉਸ ਤੋਂ ਬਾਅਦ ਅਨੇਕਾਂ ਵਾਰ ਆਮ ਆਦਮੀ ਪਾਰਟੀ ਦੇ ਲੀਡਰ, ਜਿਹਦੇ 'ਚ ਕੰਵਰ ਸੰਧੂ ਇਸ ਵੇਲੇ ਸਭ ਤੋਂ ਉਹਨਾਂ ਦੇ ਟੌਪ ਮੋਸਟ ਲੀਡਰ ਆ, ਉਹ ਇਹ ਕਹਿ ਚੁੱਕੇ ਨੇ ਕਿ ਜਗਮੀਤ ਸਿੰਘ ਬਰਾੜ ਇੱਕ ਸਿਧਾਂਤਕ ਲੜਾਈ ਲੜ ਰਹੇ, ਉਹ ਉਹਨਾਂ ਦੀ ਸੋਚ ਹੈ, ਚਲੋ, ਔਰ ਇੱਕ ਇਨਕਲਾਬੀ ਲੜਾਈ ਲੜ ਰਹੇ ਹੈ ਔਰ ਉਹ ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਰਹੇ, ਉਹ ਵੀ ਔਨ ਰਿਕਾਰਡ ਹੈ। ਜਿਹੜੀ ਪਹਿਲਾ ਕੁਐਸਚਨ, ਉਹਦਾ ਦੂਜਾ ਇਹ ਜਵਾਬ। ਤੀਜੀ ਗੱਲ ਇਹ ਹੈਗੀ ਹੈ ਕਿ ਮੈਂ ਕਿਸੇ ਪਾਰਟੀ ਦਾ ਨਾਂ ਲਏ ਬਿਨਾਂ, ਇਕੱਲੀ ਇੱਕ ਹੋਰ ਪਾਰਟੀ ਅਵੇਲੇਬਲ ਨਹੀਂ ਹੈ। ਲੈਫਟ ਦਾ ਇੱਕ ਬਹੁਤ ਵੱਡਾ ਵਿੰਗ ਪੰਜਾਬ 'ਚ, ਜਥੇਦਾਰ ਸਾਹਿਬ ਗੁਰਚਰਨ ਸਿੰਘ ਟੌਹੜਾ ਸਾਰੀ ਜ਼ਿੰਦਗੀ ਇਮਾਨਦਾਰ ਰਹੇ, ਉਹਨਾਂ ਦੇ ਸਾਥੀ, ਪੰਜਾਬ ਦੇ ਲਾਈਕ ਮਾਈਂਡਡ ਬੰਦੇ, ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਹੈ, ਇਹਦੇ ਤੋਂ ਬਿਨਾਂ ਇੱਕ ਮੈਂ ਹੋਰ ਗੱਲ ਕਰ ਰਿਹਾ। ਮੈਨੂੰ ਇਹ ਉਮੀਦ ਹੈ ਕਿ 15 ਅਗਸਤ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਦੇ ਬਹੁਤਾਤ ਇਮਾਨਦਾਰ ਲੋਕ ਜਿਹੜੇ ਹੈ ਉਹ ਇੱਕ ਮੰਚ 'ਤੇ ਇਕੱਠੇ ਹੋ ਕੇ ਇੱਕ ਗ੍ਰੇਟਰ ਅਲਾਇੰਸ ਬਣਾ ਸਕਦੇ ਹਨ। ਮੈਂ ਉਹਨੂੰ ਰੂਲ ਆਊਟ ਨਹੀਂ ਕਰਦਾ। ਸੋ ਇਕੱਲੀ ਅਵੇਲੇਬਿਲਿਟੀ ਇੱਕ ਪਾਰਟੀ ਦੀ ਨਹੀਂ ਹੈ, ਅਜੇ ਤਾਈਂ 60-70% ਅਵੇਲੇਬਿਲਿਟੀ ਦੂਜੀਆਂ ਪਾਰਟੀਆਂ ਦੀ ਵੀ ਮੌਜੂਦ ਹੈ, ਕਿਉਂਕਿ ਪੰਜਾਬ ਦੇ ਵਿੱਚ ਅਗਰ ਭੀਸ਼ਮ ਮੁਕਾਬਲਾ ਹੋਏਗਾ ਤਾਂ ਫਿਰ ਇੱਕ ਗ੍ਰੈਂਡ ਅਲਾਇੰਸ ਹੀ ਅਕਾਲੀ ਦਲ ਅਤੇ ਕਾਂਗਰਸ ਨੂੰ ਢਾਹ ਸਕਦਾ, ਮੁਕਾਬਲਾ ਹੋਏਗਾ। ਮਗਰ ਪੰਜਾਬ ਦਿੱਲੀ ਨਹੀਂ ਹੈ, ਪੰਜਾਬ ਦੀ ਸਥਿਤੀ ਜਿਹੜੀ ਹੈ ਆਉਣ ਵਾਲਾ ਸਮਾਂ 1-2 ਮਹੀਨਿਆਂ ਦੇ ਵਿੱਚ ਹੋਰ ਸਪਸ਼ਟਤਾ ਦੇ ਨਾਲ ਸਾਡੇ ਸਾਹਮਣੇ ਹਾਲਾਤ ਆਉਣਗੇ ਕਿ ਇਸ ਤਿਕੋਨੇ ਮੁਕਾਬਲੇ ਦੇ ਵਿੱਚ ਅੱਜ ਦੀ ਘੜੀ ਦੋਨਾਂ ਟ੍ਰੈਡੀਸ਼ਨਲ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਬਹੁਤ ਅੱਗੇ ਹੈ ਜਿੱਥੋਂ ਤੱਕ 2017 ਦੀਆਂ ਚੋਣਾਂ ਦਾ ਸੰਬੰਧ ਹੈ। ਲੇਕਿਨ ਕਿਉਂਕਿ ਦੋਨਾਂ, ਇੱਕ ਟ੍ਰੈਡੀਸ਼ਨਲ ਪਾਰਟੀ ਕੋਲ ਸਰਮਾਇਆ ਬਹੁਤ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਕੋਲ ਔਰ ਉਹਨਾਂ ਕੋਲ ਕਈ ਹਜ਼ਾਰਾਂ ਕਰੋੜਾਂ ਰੁਪਇਆ ਜਿਹੜਾ ਰੋਜ਼ ਫੜਾ ਮਾਰਦਾ ਸੁਖਬੀਰ ਸਿੰਘ ਬਾਦਲ ਕਿ 25 ਸਾਲ ਰਾਜ ਕਰਨਾ ਹੈ, ਉਹ ਇਹ ਧਾਰਮਿਕ ਵੰਡੀਆਂ, ਫਿਰਕੂ ਭਾਵਨਾਵਾਂ, ਲੋਕਾਂ ਨੂੰ ਭੁਲੇਖਾ ਪਾਉਣਾ, ਲੋਕ ਤੁਹਾਡੇ ਜਿਹੜਾ ਪਬਲਿਸਿਟੀ ਦਾ ਅਭਿਆਨ ਹੈ ਉਹ ਇਹ ਨਹੀਂ ਦੇਖਣਾ ਚਾਹੁੰਦੇ ਕਿ ਤੁਸੀਂ ਗੱਲਾਂ ਵਿਕਾਸ ਦੀਆਂ ਕਰ ਰਹੇ ਹੋ, ਲੋਕ ਕਲਿਆਣ ਕੀ ਕੀਤਾ। ਦੇਰ ਇਜ਼ ਅ ਡਿਫਰੈਂਸ ਬਿਟਵੀਨ ਵਿਕਾਸ ਐਂਡ ਲੋਕ ਕਲਿਆਣ। ਮੈਂ ਇਹਦਾ ਇਹਨੂੰ ਐਕਸਪੈਂਡ ਕਰਦਾ। ਮੈਂ ਇਹ ਗੱਲ ਕਈ ਵਾਰ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਕਹੀ ਸੀ, ਲੇਕਿਨ ਮੇਰੀ ਉਸ ਗੱਲ ਦਾ ਉਦੋਂ ਅਮਲ ਨਹੀਂ ਕੀਤਾ ਗਿਆ। ਕੇਵਲ ਅਤੇ ਕੇਵਲ ਅਮਰਿੰਦਰ ਸਿੰਘ ਆਪਦੀ ਪੁਜ਼ੀਸ਼ਨ, ਆਪਦਾ ਅਹੁਦਾ, ਆਪਦਾ ਰੁਤਬਾ, ਜਿਸ ਬੰਦੇ ਦੇ ਵਿਰੁੱਧ ਸਵਿਸ ਬੈਂਕਾਂ ਦੇ ਅਕਾਊਂਟ 4 ਪਕੜੇ ਜਾ ਚੁੱਕੇ ਹੈ, ਅਰਬਾਂ ਕਰੋੜਾਂ ਰੁਪਇਆ ਲੁੱਟ ਕੇ ਅਮਰਿੰਦਰ ਸਿੰਘ ਅਤੇ ਉਹਦੇ ਪਰਿਵਾਰ ਨਰਿੰਦਰ ਪ੍ਰਨੀਤ ਕੌਰ ਨੇ ਵਿਦੇਸ਼ਾਂ ਵਿੱਚ ਭੇਜਿਆ, ਉਹ ਬੰਦਾ ਕਲੀਨ ਚਿੱਟ ਆਪਦੇ ਆਪ ਨੂੰ ਹੀ ਦੇ ਦਿੰਦਾ ਖੁਦ ਹਮੇਸ਼ਾ ਕਿ ਮੈਂ ਤਾਂ ਇਮਾਨਦਾਰ ਹੈ। ਅਜੇ ਤੱਕ ਉਹਦੇ ਖਿਲਾਫ਼ ਕੇਸ ਪੈਂਡਿੰਗ ਹੈ, ਅਜੇ ਤੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਹਨਾਂ ਦੇ ਖਿਲਾਫ਼ ਕੇਸ ਪੈਂਡਿੰਗ ਹੈ। ਇਸ ਕਰਕੇ ਉਹਨਾਂ ਨੇ ਜੋ ਇੰਟਰਵਿਊ ਦਿੱਤੀ ਆ, ਮੈਂ ਉਹ ਸੁਣੀ ਹੈ, ਉਹਦੇ 'ਚੋਂ ਕੇਵਲ ਅਤੇ ਕੇਵਲ ਮੈਂ ਬੋਲਦੀ ਹੈ, ਨਿੱਜ ਬੋਲਦੀ ਹੈ, ਉਹਦੇ 'ਚ ਨਾ ਪਾਰਟੀ ਡਿਸਿਪਲਿਨ ਹੈ, ਨਾ ਕੋਈ ਵਿਚਾਰਧਾਰਾ ਹੈ, ਨਾ ਕੋਈ ਪੰਜਾਬ ਦੇ ਲੋਕਾਂ ਲਈ ਉਹਦੇ ਵਿੱਚ ਕੋਈ ਠੋਸ, ਉਹਨਾਂ ਦਾ ਕੋਈ ਮੁਸਤਕਲ ਏਜੰਡਾ ਹੈ। ਪਰ ਉਹਨਾਂ ਨੇ ਜਿਹੜਾ ਇੱਕ ਝੂਠਾ ਗੁਨਾਹ ਕੀਤਾ ਇਹ ਕਹਿ ਕੇ ਕਿ ਮੈਂ 1 ਮਹੀਨੇ 'ਚ ਨਸ਼ਾ ਸਮਾਪਤ ਕਰ ਦਿਆਂਗਾ, ਇਦੋਂ ਵੱਡਾ ਪਾਪ
अमरिंदर सिंह नालों कोई कर नहीं सकता क्योंकि एक महीने च नशा खत्म नहीं होना। पांच वरियां दा टाइम लोकां दी मदद नाल इस जिहड़ी बीमारी जिहड़ी थले जड़ां तक चली गई है उहदे तो पंजाबीयत दी नौजवान पीढ़ी पंजाब नूं मुक्त कराउण लई वड्डे सहयोग और त्याग दी लोड़ है। केवल सौं पाउण नाल झूठियां मसला हल नहीं होणा।